ਕਿਸੇ ਸਿੰਘ ਨੂੰ ਦੇ ਦਿਓ। ਫਿਰ ਸਿਆਣਿਆਂ ਨੇ ਆਖਿਆ, ਬਾਬਾ ਜੀ ਸਵੇਗ ਸਿੰਘ ਜੀ ਕਹਿੰਦੇ ਇੱਦਾਂ ਕਰੋ, ਇਹਨੂੰ ਆਈ ਹੋਈ ਚੀਜ਼ ਨੂੰ ਨਾ ਜਾਣ ਦਿਓ, ਪਾਤਸ਼ਾਹੀ ਵੀ ਤੁਹਾਡੇ ਕੋਲ ਆ ਜਾਣੀ, ਕਿਸੇ ਨੂੰ ਨਵਾਬ ਬਣਾ ਲਓ। ਫਿਰ ਕਹਿਣ ਲੱਗੇ ਕਿਹਨੂੰ ਬਣਾਈਏ। ਉਸ ਵੇਲੇ ਨਿਗਾਹ ਪਈ ਇੱਕ ਨੌਜਵਾਨ ਸਿੰਘ 'ਤੇ ਜਿਹਦੀ ਉਮਰ ਉਸ ਵੇਲੇ 35-36 ਸਾਲ ਦੀ ਸੀ, ਸਰਦਾਰ ਕਪੂਰ ਸਿੰਘ ਜੀ, ਫੈਜ਼ਲਾਪੁਰ ਦੇ ਰਹਿਣ ਵਾਲੇ ਵਿਰਕ ਜਾਤੀ ਵਿੱਚੋਂ, ਬੜੇ ਲੰਮੇ ਉੱਚੇ ਸੋਹਣੇ ਗੱਭਰੂ ਜਵਾਨ ਸੀਗੇ। ਇੱਥੇ ਮੱਥੇ 'ਤੇ ਅਤੇ ਗੱਲ ਦੇ ਉੱਤੇ ਤਲਵਾਰ ਦਾ ਤਾਜ਼ਾ ਫੱਟ ਲੱਗਾ ਹੋਇਆ ਸੀਗਾ ਕਿਸੇ ਜੰਗ ਵਿੱਚ, ਅਤੇ ਅਜੇ ਉਹ ਜ਼ਖਮ ਪੂਰਾ ਠੀਕ ਨਹੀਂ ਸੀ ਹੋਇਆ। ਪੱਖਾ ਚੱਲ ਰਹੇ ਸੀ ਪੰਥ ਦੇ ਦੀਵਾਨ ਵਿੱਚ, ਘੋੜਿਆਂ ਦੀ ਲਿੱਦ ਚੁੱਕਣੀ, ਭਾਂਡੇ ਮਾਂਜਣੇ, ਸੇਵਾ ਕਰਨੀ, ਜੰਗ ਦੇ ਵਿੱਚ ਮੂਹਰੇ ਹੋ ਕੇ ਲੜਨਾ। ਉਸ ਸਿੰਘ ਦੇ ਸਿਰ 'ਤੇ ਨਵਾਬੀ ਦੀ ਪੱਗ ਬੰਨ੍ਹ ਕੇ ਨਵਾਬੀ ਦਾ ਖਿਲਤ ਪਵਾਇਆ ਗਿਆ, ਅਤੇ ਖਾਲਸਾ ਜੀ ਇਹਨੂੰ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਵਰ ਸੀਗਾ। ਜਦੋਂ 6 ਮਹੀਨਿਆਂ ਦਾ ਸੀ ਇਹ ਬੱਚਾ, ਇਹਦੇ ਪਿਤਾ ਸਰਦਾਰ ਦਲੀਪ ਸਿੰਘ ਵਿਰਕ ਪਿੰਡ ਤੋਂ ਬੱਚੇ ਨੂੰ ਲੈ ਕੇ ਮਾਤਾ ਪਿਤਾ ਕਲਗੀਧਰ ਕੋਲ ਸ੍ਰੀ ਅਨੰਦਪੁਰ ਸਾਹਿਬ ਮੱਥਾ ਟੇਕਣ ਗਏ ਸਨ, ਅਤੇ ਹਜ਼ੂਰ ਦਸਵੇਂ ਪਾਤਸ਼ਾਹ ਦੀ ਗੋਦੀ 'ਚ ਬੱਚਾ ਪਾ ਦਿੱਤਾ। ਕਲਗੀਧਰ ਪਾਤਸ਼ਾਹ 6 ਮਹੀਨੇ ਦੇ ਬੱਚੇ ਵੱਲ ਦੇਖ ਕੇ ਕਹਿਣ ਲੱਗੇ, ਤੇ ਸਾਡਾ ਨਵਾਬ ਹੈ। ਉਹ ਬਚਨ ਅੱਜ ਪੂਰਾ ਹੋ ਗਿਆ, ਉਸ ਭੁਜੰਗੀ ਨੂੰ ਨਵਾਬੀ ਮਿਲ ਗਈ, ਉਹ ਪੰਥ ਦਾ ਨਵਾਬ ਕਪੂਰ ਸਿੰਘ ਕਰਕੇ ਪ੍ਰਸਿੱਧ ਹੋਏਗਾ।